ਮਾਲ ਮਹਿਕਮੇ ਦੀ ਰਜਾਮੰਦੀ ਦੇ ਨਾਲ ਲੋਕ ਤੋੜਿਆ ਗਿਆ। ਲੋਕ ਤੋੜਨ ਤੋਂ ਬਾਅਦ ਉਹਦੇ ਤੇ ਕਬਜ਼ਾ ਕੀਤਾ ਗਿਆ। ਕਬਜ਼ਾ ਕਰਨ ਤੋਂ ਬਾਅਦ ਉਸ ਕੋਠੀ ਦੇ ਵਿੱਚ ਪਰਿਵਾਰ ਤੋਂ ਬਿਨਾਂ ਪੁੱਛੇ ਤੋਂ ਉਹਨਾਂ ਦਾ ਪੁਰਾਣਾ ਸਮਾਨ ਬਾਹਰ ਸਿੱਟ ਕੇ ਰੈਨੋਵੇਸ਼ਨ। ਅੱਜ ਤੀਕਰ 70 ਸਾਲ 'ਚ ਕਦੇ ਨਹੀਂ ਹੋਇਆ ਕਿ ਕੋਈ ਸਿਟਿੰਗ MLA ਧੱਕੇ ਨਾਲ ਕਿਸੇ ਦੀ ਕੋਠੀ ਦਾ ਲੋਕ ਖੋਲ੍ਹ ਕੇ ਰੈਨੋਵੇਟ ਕਰਕੇ ਉਹਦੇ 'ਚ ਆਪਣਾ ਸਮਾਨ ਰੱਖ। ਹੋਰਾਂ ਤੋਂ ਤਾਂ ਕਬਜ਼ੇ ਕੀ ਛਡਵਾਉਣੇ ਸੀ, ਤੁਸੀਂ ਤਾਂ ਆਪ ਹੀ ਲੋਕਾਂ ਦੇ ਘਰਾਂ ਨੂੰ ਪੈ ਗਏ। ਸਤਿ ਸ਼੍ਰੀ ਅਕਾਲ ਦੋਸਤੋ, ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਪੰਜਾਬ ਦੇ ਵਿੱਚ ਜਿਹੜਾ 70 ਸਾਲ ਦਾ ਬਦਲਾਅ ਲਿਆਉਣ ਵਾਲੀ ਸਰਕਾਰ ਆਈ ਸੀ, ਉਹਦੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਬਦਲਾਅ ਤੁਸੀਂ ਸਾਰੇ ਦੇਖੋ, ਚਾਹੇ ਕਟਾਰੂ ਚੱਕ ਵਾਲਾ ਬਦਲਾਅ ਹੋਵੇ, ਚਾਹੇ ਸਿੰਗਲੇ ਵਾਲਾ ਬਦਲਾਅ ਹੋਵੇ, ਚਾਹੇ ਸਰਾਰੀ ਵਾਲਾ ਬਦਲਾਅ ਹੋਵੇ, ਅਤੇ ਚਾਹੇ ਉਸ ਤੋਂ ਬਾਅਦ ਅੰਮ੍ਰਿਤ ਰਤਨ ਵਾਲਾ ਬਦਲਾਅ ਹੋਵੇ। ਹੁਣ ਅੱਜ ਸਭ ਤੋਂ ਵੱਡਾ ਬਦਲਾਅ ਇਹ ਆ ਗਿਆ ਕਿ ਪੰਜਾਬ ਸਰਕਾਰ ਦੇ MLA ਲੋਕਾਂ ਦੀਆਂ ਕੋਠੀਆਂ ਨੱਪਣ ਲੱਗ ਗਏ। ਸਾਡੀ ਭੈਣ ਸਰਬਜੀਤ ਕੌਰ ਮਾਣੂਕੇ ਜਿਹੜੀ MLA ਨੇ, ਉਹਨਾਂ 'ਤੇ ਕਿਸੇ ਨੇ ਗੰਭੀਰ ਇਲਜ਼ਾਮ ਲਾਇਆ ਕਿਸੇ NRI ਨੇ ਕਿ ਉਹਨਾਂ ਦੀ ਕੋਠੀ ਜਗਰਾਓਂ ਵਿੱਚ ਹੈ ਅਤੇ ਉਸ ਕੋਠੀ ਦਾ ਲੋਕ ਤੋੜ ਕੇ ਉਸ ਦੇ ਉੱਪਰ ਪਹਿਲਾਂ ਕਬਜ਼ਾ ਕੀਤਾ ਗਿਆ ਮਾਲ ਮਹਿਕਮੇ ਦੀ ਰਜ਼ਾਮੰਦੀ ਦੇ ਨਾਲ। ਮਾਲ ਮਹਿਕਮੇ ਦੀ ਰਜ਼ਾਮੰਦੀ ਦੇ ਨਾਲ ਲੋਕ ਤੋੜਿਆ ਗਿਆ। ਲੋਕ ਤੋੜਨ ਤੋਂ ਬਾਅਦ ਉਹਦੇ 'ਤੇ ਕਬਜ਼ਾ ਕੀਤਾ ਗਿਆ। ਕਬਜ਼ਾ ਕਰਨ ਤੋਂ ਬਾਅਦ ਉਸ ਕੋਠੀ ਦੇ ਵਿੱਚ ਪਰਿਵਾਰ ਤੋਂ ਬਿਨਾਂ ਪੁੱਛੇ ਤੋਂ ਉਹਨਾਂ ਦਾ ਪੁਰਾਣਾ ਸਮਾਨ ਬਾਹਰ ਸਿੱਟ ਕੇ ਰੈਨੋਵੇਸ਼ਨ ਕੀਤੀ। ਹੁਣ ਭਗਵੰਤ ਮਾਨ ਸਾਹਿਬ, ਮੇਰਾ ਤੁਹਾਨੂੰ ਸਵਾਲ ਆ ਕਿ ਤੁਸੀਂ ਇਹ ਗੱਲ ਕਰਦੇ ਸੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਹੋਈਆਂ ਉਹ NRIਆਂ ਦੀਆਂ ਜ਼ਮੀਨਾਂ ਦੇ ਉੱਤੇ ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ ਕਰਦੀ ਸੀ, ਜਿਸ ਕਰਕੇ ਉਹ ਸਾਰੇ NRI ਸੀ ਉਹ ਪੰਜਾਬ ਦੇ ਵਿੱਚ ਆਉਣ ਲੱਗੇ ਡਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰਾਂ ਰਹੀਆਂ ਉਹ NRIਆਂ ਦੇ ਵਿਰੁੱਧ ਰਹੀਆਂ। ਤੇ ਤੁਸੀਂ ਇਹ ਗੱਲ ਕਹੀ ਸੀ ਆਪਦੇ ਮਾਧਿਅਮ ਨਾਲ ਕਿ ਜਿੱਦਣ ਮੇਰੀ ਸਰਕਾਰ ਆਊਗੀ ਮੈਂ NRIਆਂ ਨੂੰ ਪੰਜਾਬ ਦੇ ਵਿੱਚ ਵਾਪਸ ਲੈ ਕੇ ਆਊਂਗਾ, ਉਹਨਾਂ ਦੁਆਰਾ ਇਨਵੈਸਟਮੈਂਟ ਕਰਾਊਂਗਾ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਵਿੱਚ ਇੱਕ ਮੋਹ ਦੀ ਕੰਧ ਬਣੂਗਾ। ਪੰਜਾਬ ਤੇ NRIਆਂ ਦੇ ਵਿੱਚ ਮੋਹ ਦੀ ਕੰਧ ਬਣ ਕੇ ਉਹਨਾਂ ਨੂੰ ਮੈਂ ਪੰਜਾਬ ਦੇ ਵਿੱਚ ਲੈ ਕੇ ਆਊਂਗਾ। ਜਦੋਂ ਮਾਨ ਸਾਹਿਬ ਤੁਸੀਂ ਇਹ ਲੋਕਾਂ ਨਾਲ ਵਾਅਦੇ ਕੀਤੇ ਸੀ, ਲੋਕਾਂ ਨੇ ਤੇ NRIਆਂ ਨੇ ਤੁਹਾਡੇ ਤੇ ਯਕੀਨ ਕੀਤਾ। ਅੱਜ ਤੀਕਰ 70 ਸਾਲ 'ਚ ਕਦੇ ਨਹੀਂ ਹੋਇਆ ਕਿ ਕੋਈ ਸਿਟਿੰਗ MLA ਧੱਕੇ ਨਾਲ ਕਿਸੇ ਦੀ ਕੋਠੀ ਦਾ ਲੋਕ ਖੋਲ੍ਹ ਕੇ ਉਸ ਕੋਠੀ ਨੂੰ ਰੈਨੋਵੇਟ ਕਰਕੇ ਉਹਦੇ 'ਚ ਆਪਣਾ ਸਮਾਨ ਰੱਖ। ਪਰਿਵਾਰ ਨੇ SSP ਕੋਲ ਸ਼ਿਕਾਇਤ ਕੀਤੀ ਜਿਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਤੇ ਤੁਸੀਂ ਇਹ ਵੀ ਵਾਅਦਾ ਕੀਤਾ ਸੀ ਕਿ ਲੋਕਾਂ ਦੀ ਸਰਕਾਰ ਲੋਕਾਂ ਦੇ ਘਰਾਂ 'ਚੋਂ ਚੱਲੂਗੀ। ਜੇ ਲੋਕਾਂ ਦੀ ਸਰਕਾਰ ਲੋਕਾਂ ਦੇ ਵਿੱਚੋਂ ਘਰੋਂ ਦੇ ਵਿੱਚੋਂ ਚੱਲੂਗੀ ਤੇ ਅੱਜ ਉਹ NRIਆਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ? NRI ਭੈਣ ਨੇ ਸਾਡੀ ਨੇ ਜਿਹੜੀ ਆਪਦੀ ਐਪਲੀਕੇਸ਼ਨ ਆ ਉਹ ਮਾਣਯੋਗ NRI ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ, ਨਾਲ ਹੀ ਉਹਨਾਂ ਨੇ ਇਹ ਜਿਹੜੀ ਲੈਟਰ ਆ ਸੰਧਵਾਂ ਸਾਹਿਬ ਨੂੰ ਅਤੇ ਨਾਲ ਹੀ ਇਹ ਲੈਟਰ DGP ਪੰਜਾਬ ਨੂੰ ਫਾਰਵਰਡ ਕੀਤੀ। ਪਰ ਬੜੇ ਦੁੱਖ ਦੀ ਗੱਲ ਹੈ ਕਿ ਘਰਾਂ ਦੇ ਵਿੱਚੋਂ ਚੱਲਣ ਵਾਲੀ ਸਰਕਾਰ, ਮਹੱਲਿਆਂ ਦੇ ਵਿੱਚੋਂ ਚੱਲਣ ਦੀ ਵਾਲੀ ਸਰਕਾਰ ਦੇ ਜੋ ਲੋਕ ਦਾਅਵੇ ਕਰਦੇ ਸੀ ਉਹ ਆਮ ਲੋਕਾਂ ਦੀ ਥਾਣਿਆਂ 'ਚ ਵੀ ਨਹੀਂ ਅੱਜ ਸੁਣਵਾਈ ਕਰ ਰਹੇ ਕਿ ਇਸ ਬਦਲਾਵ ਲਈ ਤੁਹਾਨੂੰ ਪੰਜਾਬੀਆਂ ਨੇ ਵੋਟਾਂ ਪਾਈਆਂ ਸੀ। ਸੋ ਇਹ ਕੋਈ ਜਿਹੜੇ ਇਲਜ਼ਾਮ ਆ ਇਹ ਕੋਈ ਵਿਰੋਧੀ ਪਾਰਟੀਆਂ ਨੇ ਤੁਹਾਡੇ 'ਤੇ ਲਾ ਰਹੀਆਂ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਹੈ ਆਮ ਆਦਮੀ ਦੀ ਸਰਕਾਰ ਜਿੱਥੇ NRIਆਂ ਦੇ ਘਰ ਹੀ ਸੁਰੱਖਿਅਤ ਨਹੀਂ, ਘਰ ਤਾਂ ਘਰ ਕੀ ਇੱਥੋਂ ਦੇ ਪੁੱਤ ਵੀ ਸੁਰੱਖਿਅਤ ਨਹੀਂ, ਜਿੱਦਾਂ ਦੀਆਂ ਕਟਾਰੂ ਚੱਕ ਸਾਹਿਬ ਹੋਰਾਂ ਦੀਆਂ ਹਰਕਤਾਂ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਤੁਸੀਂ ਹੋਰਾਂ ਤੋਂ ਤਾਂ ਕਬਜ਼ੇ ਕੀ ਛਡਵਾਉਣੇ ਸੀ, ਤੁਸੀਂ ਤਾਂ ਆਪ ਹੀ ਲੋਕਾਂ ਦੇ ਘਰਾਂ ਨੂੰ ਪੈ ਗਏ। ਜੇ ਮਾਨ ਸਾਹਿਬ, ਜੇ ਸਿਆਣਿਆਂ ਦੀ ਕਹਾਵਤ ਆ ਵੀ ਜੇ ਵਾੜ ਉਹੀ ਖੇਤ ਸੁਰੱਖਿਅਤ ਨਹੀਂ ਫਿਰ ਹੋਰ ਕਿੱਥੋਂ ਸੁਰੱਖਿਅਤ ਹੋ ਸਕਦਾ? ਜੇ ਤੁਸੀਂ ਪੰਜਾਬੀਆਂ ਦੇ ਜਿਹੜੇ ਬਾਹਰ ਬੈਠੇ NRI ਉਹਨਾਂ ਦੇ ਮਾਲ ਦੀ ਹਿਫਾਜ਼ਤ ਨਹੀਂ ਕਰ ਸਕਦੇ, ਉਹਨਾਂ ਦੀ ਪ੍ਰੋਪਰਟੀ ਦੀ ਹਿਫਾਜ਼ਤ ਨਹੀਂ ਕਰ ਸਕਦੇ, ਹੋਰ ਕੌਣ ਕਰੂਗਾ? ਸੋ ਤੁਹਾਡੇ ਇਸ ਬਦਲਾਅ ਜਿਹੜਾ ਆਇਆ, ਸਭ ਤੋਂ ਵੱਡਾ ਬਦਲਾਅ ਆਇਆ ਕਬਜ਼ਿਆਂ ਵਾਲਾ, ਇਹਦਾ ਤੋਂ NRI ਵੀ ਬਹੁਤ ਦੁਖੀ ਨੇ। ਕਿੱਥੇ ਤੁਸੀਂ ਗੱਲਾਂ ਕਰਦੇ ਸੀ ਅਸੀਂ ਜੀ NRIਆਂ ਦੀਆਂ ਇਨਵੈਸਟਮੈਂਟਾਂ ਪੰਜਾਬ ਦੇ ਵਿੱਚ ਲੈ ਕੇ ਆਉਂਦੇ? ਜੇ ਇੱਦਾਂ ਦੇ ਕੇਸ ਆਉਂਦੇ ਤੁਹਾਨੂੰ ਲੱਗਦਾ ਵੀ ਪੰਜਾਬੀਆਂ ਦੇ ਉੱਪਰ ਯਕੀਨ ਕਰ ਲੈਣਗੇ?
सो मैं तुहानू बेनती करना जो भी इस केस दे तत्थ होण उन्हां नू फैसलाकुन तरीके दे नाल लोकां दे सामने लिआंदा जावे ते परिवार नू जिहड़ी बीबी एनआरई आ उहनू इंसाफ दित्ता जावे। धन्नवाद।